ਰੋਪੜ ਜ਼ਿਲ੍ਹੇ 'ਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਕਈ ਥਾਵਾਂ 'ਤੇ ਰਾਹਤ ਕੈਂਪਾਂ 'ਚ ਠਹਿਰਾਇਆ ਗਿਆ। ਰੂਪਨਗਰ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਬਾਰਿਸ਼ ਪ੍ਰਭਾਵਿਤ ਇਲਾਕਿਆਂ 'ਤੇ ਰਾਹਤ ਕੈਂਪਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਅੱਜ ਸਵੇਰੇ ਮੋਰਿੰਡਾ ਤੇ ਚਮਕੌਰ ਸਾਹਿਬ ਦੇ ਰਾਹਤ ਕੈਂਪਾਂ 'ਚ ਗਏ ਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਤੇ ਠੱਪ ਹੋਈ ਬਿਜਲੀ ਪਾਣੀ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਬੇਨਤੀ ਹੈਗੀ ਕਿ ਬਾਰਿਸ਼ ਤੋਂ ਬਾਅਦ ਜਦੋਂ ਪਾਣੀ ਰਿਸੀਡ ਕਰ ਜਾਂਦਾ, ਕਈ ਥਾਵਾਂ ਤੋਂ ਮਿੱਟੀ ਕੱਟ ਜਾਂਦੀ ਹੈ, ਸੜਕਾਂ ਕੱਟ ਜਾਂਦੀ ਹੈਗੀ। ਇੱਕ ਤਾਂ ਤੁਸੀਂ ਸਿੱਧਾ ਅਲਰਟ ਸਾਨੂੰ ਕਰੋ ਤਾਂ ਕਿ ਅਸੀਂ ਮੌਕੇ 'ਤੇ ਪਹੁੰਚ ਕੇ ਸਾਰਾ ਕੰਮ ਕਰ ਸਕੇ। ਤਾਂ ਦੂਜਾ ਕਿ ਅਰਜੈਂਟ ਕੰਮ ਨਹੀਂ ਹੈ ਤਾਂ ਕਾਇੰਡਲੀ ਫਿਰ ਬਾਹਰ ਨਾ ਨਿਕਲੋ ਤਾਂ ਕਿ ਇੱਦਾਂ ਦੇ ਹਾਦਸਿਆਂ ਤੋਂ ਆਪਾਂ ਬਚ ਸਕੀਏ। ਸਾਡੇ ਰਿਲੀਫ ਵਰਕਸ ਜਾਰੀ ਹੈਗੇ, ਪੈਟਰੋਲਿੰਗ ਜਾਰੀ ਹੈਗੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਵੀ ਕੋਈ ਬ੍ਰੀਚ ਹੈਗਾ ਉਸਨੂੰ ਪਲੱਗ ਕਰ ਦਈਏ। पिछले दिनी हुईयां बारिशां कारण रोपड़ जिला काफी प्रभावित हुए। बीती रात तो बेशक रोपड़ के कई इलाकों च बारिश रुकी हुई है, पर स्थिति हाले भी नाजुक बनी हुई है। रोपड़ के पूरे जिले च पानी ही पानी नजर आ रहा है। उधर भाखड़ा डैम के पानी का पद्धर 1620 फुट न पार कर चुके। भाखड़ा डैम च 1,34,101 क्यूसिक पानी आ रहा है, जबकि 18,000 क्यूसिक पानी छड़िया जा रहा है। रोपड़ हैडवर्कस च पानी की आमद कल नालों घटी है। रोपड़ हैडवर्कस से इस वेले 1,25,00,000 क्यूसिक पानी की आमद नोट की गई है ते सारा पानी सतलुज दरिया राही छड्या जा रहा है। इसे तरह रोपड़ जिले दियां बक-बक नदियां, सरसा नदी च 11,255, सवा नदी च 336, बुदकी नदी 1,250, ससवा नदी च 21,800 ते सगराओ नदी च 26,900 क्यूसिक पानी की आमद लगातार जारी है। रोपड़ जिले के हड़ प्रभावित इलाकों नूरपुर बेदी रूपनगर चमकौर साहब मोरिंडा पुरखाली इलाके च NDRF SDRF के नाल समाज सेवियां वालों लोगों की मदद की जा रही है।